चाहे वो कैप्टन का दोस्त हो चाहे वो बादल का साथी हो चाहे वो ABCD किसी होर पार्टी का सहयोगी साथी हो स्कैम दे विच जिहड़ा दोषी है उन्हूं सब तो सख्त कड़वी सजा मिलनी चाहिए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਸੱਤਾ ਤੇ ਕਾਬਜ਼ ਹੋਣ ਤੋਂ ਪਹਿਲਾਂ ਹੱਥ 'ਚ ਗੁਟਕਾ ਸਾਹਿਬ ਫੜ ਕੇ ਅਜਿਹੀ ਸੌਂਹ ਖਾਧੀ ਸੀ ਕਿ ਸਾਰੇ ਪੰਜਾਬ ਨੇ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਾਂਗਰਸ ਨੂੰ ਕਾਬਜ਼ ਕਰਵਾ ਦਿੱਤਾ ਸੀ। ਪਰ ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਹਰ ਪੰਜਾਬੀ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਕਾਂਗਰਸ ਸਰਕਾਰ ਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਠੱਗਿਆ ਹੈ, क्योंकि कोई भी वादा पूरा नहीं किया गया अते पूरी पंजाब की आवाम उत्ते हुण लगातार खर्चों के बोझ पाए जा रहे ने ते वड्डे वड्डे घोटाले कपले स्कैम करके पंजाब सरकार अपनियां जेबां भरन विच लगी हुई है अते लोकां सामने टंडोरे पिट्टे जा रहे ने, खजाने खाली होण दे पर्दाफाश कर रहे ने। लोक इंसाफ पार्टी प्रधान सिमरजीत सिंह बैंस अकाली दल वालों एक टूल बना के पोलिटिकल टूल बना के मायले लैण दा यत्न किया गया। 23 तरीक अकाली दल इस इशू दे उत्ते बोलता आ मैं थोनूं सबूत प्रूफ देण लग्या। असी 12 तरीक नूं मैं मुख्यमंत्री नूं ये लैटर लिखिया कि पंजाब दे अंदर कालाबाजारी हो रही है बीजां दी, पंजाब दे अंदर जाली बीज बेचे जा रहे हैं। एंड उस तो बाद दे विच मैं मुख्यमंत्री साहब दे जिहड़े स्पैशल सकत्तर सुरेश कुमार जी है आ मैं थोनों उन्हां नूं मेरे वल्लों लिखिया होया टैक्स मैसेज दिखा रहा। ਇਹਦੇ ਵਿੱਚ ਮੈਂ ਬਕਾਇਦਾ ਤੌਰ 'ਤੇ ਜਿਹੜਾ ਲੋਕ ਇਨਸਾਫ਼ ਪਾਰਟੀ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਮੈਨੂੰ ਸ਼ਿਕਾਇਤਾਂ ਆਈਆਂ ਕਿ ਫਲਾਨੇ ਨਾਮ ਦਾ ਡੀਲਰ ਬੀ ਡੀਲਰ ਮੈਂ ਉਹ ਨਾਮ ਵੀ ਇਹਦੇ 'ਚ ਮੈਂਸ਼ਨ ਕੀਤੇ। ਐਂਡ CS ਸੁਰੇਸ਼ ਕੁਮਾਰ ਜੀ ਦਾ ਮੈਨੂੰ ਜਵਾਬ ਕੀ ਮਿਲਿਆ, ਕਨਵੇਟ ਟੂ ACSD ਰੇਡ ਸ਼ੁਰੂ ਹੋ ਗਈ, ਛਾਪੇਮਾਰੀ ਸ਼ੁਰੂ ਹੋ ਗਈ, ਫੜੋ ਫੜੀ ਸ਼ੁਰੂ ਹੋ ਗਈ। ਸੋ ਸਾਡੀ ਪਾਰਟੀ ਦੇ ਕਿਸਾਨ ਬੈਂਕ ਚਾਹੇ ਉਹ ਫਿਰੋਜ਼ਪੁਰ ਹੈਗਾ, ਫਰੀਦਕੋਟ, ਜਗਰਾਓਂ, ਫਗਵਾੜਾ, ਦੈਨ ਖੰਨਾ, ਅਸੀਂ ਪ੍ਰੋਟੈਸਟ ਕੀਤੇ, DCM ਨੂੰ ਮੰਗ ਪੱਤਰ ਦਿੱਤੇ। ਹੁਣ ਕੋਈ ਬੰਦਾ ਜਿਹਨੇ 2019 ਦੇ ਵਿੱਚ ਲੋਕ ਸਭਾ ਇਲੈਕਸ਼ਨ ਵੇਲੇ ਸਿਮਰਜੀਤ ਬੈਂਸ ਦੀ ਸਪੋਰਟ ਕੀਤੀ ਹੋਵੇ, ਉਹਦੀ ਫੋਟੋ ਜੇ ਉਹਨੇ ਮੇਰੀ ਸਪੋਰਟ ਕੀਤੀ ਮੈਂ ਕਹਿ ਰਿਹਾ ਤਾਂ ਨੈਚੁਰਲੀ ਉਹ ਫੋਟੋ ਤਾਂ ਹੋਊਗੀ, ਉਹ ਇਸ ਸਕੈਮ ਦੇ ਵਿੱਚ ਸ਼ਾਮਿਲ ਹੋਵੇ। ਬੈਂਸ ਲੋਕ ਇਨਸਾਫ਼ ਪਾਰਟੀ ਕਦੇ ਨਹੀਂ ਬੋਲੇਗੀ ਕਿ ਉਹਦੀ ਮਦਦ ਕੀਤੀ ਜਾਵੇ, ਚਾਰੋ ਚੰਗੀ ਤਰੀਕੇ ਨਾਲ ਸੋੜੀ, ਚਾਹੇ ਉਹ ਕੈਪਟਨ ਦਾ ਦੋਸਤ ਹੋਵੇ, ਚਾਹੇ ਉਹ ਬਾਦਲਾਂ ਦਾ ਸਾਥੀ ਹੋਵੇ, ਚਾਹੇ ਉਹ ABCD ਕਿਸੇ ਹੋਰ ਪਾਰਟੀ ਦਾ ਸਹਿਯੋਗੀ ਸਾਥੀ ਹੋਵੇ, ਇਸ ਸਕੈਮ ਦੇ ਵਿੱਚ ਜਿਹੜਾ ਦੋਸ਼ੀ ਆ ਉਹਨੂੰ ਸਖ਼ਤ ਤੋਂ ਸਖ਼ਤ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਉਹਨਾਂ ਦੇ ਉੱਤੇ ਵੱਡੀ ਬਿਪਤਾ ਪਾਉਣ ਵਾਲਾ ਇਹ ਸੀਡ ਮਾਫੀਆ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਹੁਣ ਰਹਿ ਗਈ ਗੱਲ, ਜਿਹੜੇ ਅਕਾਲੀ ਦਲ ਦੇ ਸਤਿਕਾਰਯੋਗ ਲੀਡਰ ਅੱਜ ਬੈਂਸ ਦੇ ਖਿਲਾਫ ਪ੍ਰੋਟੈਸਟ ਕਰਦੇ ਆ ਉਹਨਾਂ ਦਾ ਮੈਂ ਤੁਹਾਨੂੰ ਜਵਾਬ ਦੇ ਕੇ ਹਟਿਆ। ਮੈਂ ਉਹਨਾਂ ਲੋਕਾਂ ਦਾ ਜਿਹਦੇ ਵਿੱਚ ਛੋਟਾ ਵੀਰ ਗੋਸ਼ਾ ਵੀ ਆ ਮੈਂ ਧੰਨਵਾਦੀ ਹਾਂ, ਕਿਉਂਕਿ 2017 ਅਸੈਂਬਲੀ ਇਲੈਕਸ਼ਨ ਫਿਰ 2019 ਦੀ ਲੋਕ ਸਭਾ ਇਲੈਕਸ਼ਨ ਵੇਲੇ ਇਹ ਛੋਟੇ ਵੀਰ ਗੋਸ਼ੇ ਨੇ ਅਕਾਲੀ ਦਲ ਦੇ ਵਿੱਚ ਰਹਿੰਦਿਆਂ ਲੋਕ ਇਨਸਾਫ਼ ਪਾਰਟੀ ਦੀ ਮਦਦ ਕੀਤੀ। ਆਪਣੇ ਸਾਰੇ ਬੰਦੇ ਲੋਕ ਇਨਸਾਫ਼ ਪਾਰਟੀ ਦੇ ਨਾਲ ਤੋਰੇ, ਮੈਂ ਰਿਣੀ ਹਾਂ, ਉਹ ਇਸ ਕਰਕੇ ਤੋਰੇ, ਅਸੀਂ ਕੋਈ ਪੈਸੇ ਨਹੀਂ ਦਿੱਤੇ ਉਹਨੂੰ, ਉਹ ਇਸ ਕਰਕੇ ਤੋਰੇ ਕਿਉਂਕਿ ਗੋਸ਼ਾ ਅਤੇ ਗੋਸ਼ਾ ਦੇ ਸਾਥੀਆਂ ਨੂੰ ਲੋਕ ਇਨਸਾਫ਼ ਪਾਰਟੀ ਦੇ ਸੱਚਾਈ ਦੇ ਉੱਤੇ ਤੁਰਨ ਵਾਲਾ ਪਾਲਸੀ ਪ੍ਰੋਗਰਾਮ ਚੰਗਾ ਲੱਗਦਾ ਹੈ। ਇੱਕ ਵਾਰੀ ਹੋ ਸਕਦਾ 2017 ਤੋਂ ਬਾਅਦ 2019 ਦੇ ਵਿੱਚ ਮਦਦ, ਸੋ ਮੈਂ ਰਿਣੀ ਹਾਂ ਅਤੇ ਮੈਂ ਤੁਹਾਡੇ ਜਿਹੜੀ ਅਕਾਲੀ ਦਲ ਦੇ ਉਹਨਾਂ ਸਤਿਕਾਰਯੋਗ ਭਰਾਵਾਂ ਨੂੰ ਜਿਹੜੇ ਅੱਜ ਧਰਨਾ ਲਾਉਣ ਵਾਸਤੇ ਆਏ ਸੀ ਤੁਹਾਡੇ ਜ਼ਰੀਏ ਉਹਨਾਂ ਨੂੰ ਸੱਚਾਈ ਜ਼ਰੂਰ ਮੈਂ ਦੱਸਣੀ ਚਾਹੁੰਦਾ ਵੀ ਭਾਈ ਸੱਚਾਈ ਸੁਣ ਲਓ, ਤੁਹਾਡਾ ਮਜੀਠੀਆ ਤੁਹਾਡੇ ਅਕਾਲੀ ਦਲ ਦੇ ਲੀਡਰ 23 ਤਰੀਕ ਨੂੰ ਬੋਲੇ ਆ, ਲੋਕ ਇਨਸਾਫ਼ ਪਾਰਟੀ 12 ਤਰੀਕ ਨੂੰ, ਮਤਲਬ ਕਿ 12 ਤੇ 12 24 11 ਦਿਨ ਬਾਅਦ ਤੁਹਾਡੀ ਪਾਰਟੀ ਦੇ ਲੀਡਰਾਂ ਦੀਆਂ ਅੱਖਾਂ ਖੁੱਲੀਆਂ ਨੇ, ਉਹ ਵੀ ਸਿਰਫ ਤੇ ਸਿਰਫ ਨਰੋਲ ਪੋਲੀਟੀਕਲ ਚਿੱਕੜ ਰੰਧਾਵਾ ਵਰਸਸ ਮਜੀਠੀਆ
ਕਿ ਮਾਝੇ ਦਾ ਜਿਹੜਾ ਹੈੱਡ ਕੌਣ ਹੈ, ਮਾਝੇ ਦਾ ਜਰਨੈਲ ਕੌਣ ਹੈ, ਇਸ ਗੱਲ ਦੀ ਲੜਾਈ ਨੂੰ ਲੈ ਕੇ। ਨਾਲੇ ਦੂਜਾ ਨੰਬਰ ਅਕਾਲੀ ਦਲ ਦੀ ਸਰਕਾਰ ਵੇਲੇ ਲਾਲ ਤੋਤਾ ਸਿੰਘ ਹੋਰਾਂ ਤੋਂ ਲੈ ਕੇ ਕਿਸਾਨਾਂ ਦੀ ਕੀ ਦੁਰਦਸ਼ਾ ਕੀਤੀ, ਚਾਹੇ ਉਹ ਜਾਲੀ ਬੀਜ ਸੀਗੇ, ਚਾਹੇ ਉਹ ਜਾਲੀ ਪੈਸਟੀਸਾਈਡ ਸੀ, ਕੀਟਨਾਸ਼ਕ ਦਵਾਈਆਂ ਸੀਗੀਆਂ, ਅਕਾਲੀ ਦਲ ਦੇ ਕਰਮ ਨੂੰ ਦੋਸਤੋ ਕੋਈ ਭੁੱਲਿਆ ਨਹੀਂ ਕਿ ਅਕਾਲੀ ਦਲ ਨੇ 10 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਕਿਸਾਨਾਂ ਦੇ ਨਾਲ ਕਿੰਨੀ ਗੰਦੀ ਖੇਡ ਖੇਡੀ ਹੈ। ਸੋ ਮੈਂ ਫਿਰ ਕਹੂੰਗਾ ਕਿ ਲੋਕ ਇਨਸਾਫ ਪਾਰਟੀ ਜਿਹੜਾ ਬੀਜ ਸਕੈਂਡਲ ਸਾਹਮਣੇ ਲਿਆਉਣ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਦੇ ਉੱਤੇ ਸਰਕਾਰ ਨੂੰ ਅਵਗਤ ਕਰਦੀ ਹੈ, ਸਰਕਾਰ ਦੇ ਚੀਫ ਸਪੈਸ਼ਲ ਚੀਫ ਸੈਕਟਰੀ ਨੂੰ ਅਵਗਤ ਕਰਦੀ ਹੈ ਅਤੇ ਛਾਪੇਮਾਰੀ ਉਸ ਤੋਂ ਬਾਅਦ 'ਚ ਸ਼ੁਰੂ ਹੁੰਦੀ ਹੈ, ਫੜੋ ਫੜੀ ਉਸ ਤੋਂ ਬਾਅਦ ਦੇ ਵਿੱਚ ਸ਼ੁਰੂ ਹੁੰਦੀ। ਕੀ ਸਰ ਲੱਗਦਾ ਵੱਡਾ ਸਕੈਂਡਲ ਸਾਹਮਣੇ ਆਇਆ, ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਕਿ ਸਿਆਸਤ ਜ਼ਿਆਦਾ ਹੋ ਰਹੀ ਹੈ? ਅਸੀਂ ਸਿਆਸਤ ਨਹੀਂ ਕੀਤੀ, ਮੈਂ ਕਹਿ ਰਿਹਾ ਨਾ ਕਿ ਉਹ ਸਿਆਸਤ ਤੇ ਉਤਰਿਆ ਹੈ। ਉਹਨਾਂ ਨੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਸੁੱਖੀ ਰੰਧਾਵੇ ਨੂੰ ਟਾਰਗੇਟ ਕੀਤਾ, ਕਿਉਂਕਿ ਸੁੱਖੀ ਰੰਧਾਵਾ ਬਨਾਮ ਮਜੀਠੀਆ ਉਹਨਾਂ ਦੀ ਜਿਹੜੀ ਰਾਜਨੀਤਿਕ ਤੌਰ ਤੇ ਦੁਸ਼ਮਣੀ ਉਹ ਜਗਜਾਰ ਹੈਗੀ ਹੈ, ਕਿਸੇ ਕੋਲ ਕੋਈ ਗੁੱਡੀ ਛਿਪੀ ਗੱਲ ਨਹੀਂ। ਲੋਕ ਇਨਸਾਫ਼ ਪਾਰਟੀ ਨੇ ਇਸ ਗੰਭੀਰ ਮੁੱਦੇ ਦੇ ਉੱਤੇ ਕੋਈ ਸਿਆਸਤ ਨਹੀਂ ਕੀਤੀ। ਲੋਕ ਇਨਸਾਫ਼ ਪਾਰਟੀ ਨੇ ਆਪਣੀ ਬਣਦੀ ਡਿਊਟੀ ਲਿਖਤ ਰੂਪ ਦੇ ਵਿੱਚ ਮੁੱਖ ਮੰਤਰੀ ਨੂੰ ਚਿੱਠੀਆਂ, ਵਾਇਟ ਟੈਕਸਟ ਮੈਸੇਜ, ਮੁੱਖ ਮੰਤਰੀ ਦਾ ਸਾਰਾ ਜ਼ੁੰਮਾ ਸਾਹਮਣੇ ਸੁਰੇਸ਼ ਕੁਮਾਰ ਜੀ ਨੂੰ ਅਵਗਤ ਕਰਾਇਆ, ਤੇ ਮੈਂ ਰਿਣੀ ਹਾਂ ਸੁਰੇਸ਼ ਕੁਮਾਰ ਜੀ ਦਾ, ਜਿਨ੍ਹਾਂ ਨੇ ਤੁਰੰਤ ਦੇ ਉੱਤੇ ਐਕਸ਼ਨ ਲੈਂਦੇ ਹੋਏ ਪੰਜਾਬ ਦੇ ਅੰਦਰ ਛਾਪੇਮਾਰੀਆਂ ਸ਼ੁਰੂ ਕਰਕੇ ਜਿਹੜੇ ਜਾਲੀ ਬੀਜ ਬੀਜਣ ਵਾਲੇ ਡੀਲਰ ਹੈਗੇ ਆ ਉਹਨਾਂ ਦੀ ਫੜੋ ਫੜੀ ਆਰੰਭ ਹੋਈ। ਉਸ ਫੜੋ ਫੜੀ ਦੇ ਵਿੱਚ ਮੈਂ ਕਹਿੰਦਾ ਮੇਰੀ ਕਿਸੇ ਨੇ ਸਪੋਰਟ ਕੀਤੀ ਹੋਏ ਚਾਰੋ ਸੂਣੀ ਚੰਗੀ ਤਰ੍ਹਾਂ, ਉਹਦੇ ਵਿੱਚ ਬਾਦਲਾਂ ਦਾ, ਕੈਪਟਨ ਦਾ, ਕਿਸੇ ਦੂਸਰੀ ਤੀਸਰੀ ਪਾਰਟੀ ਦਾ ਕੋਈ ਸਪੋਰਟਰ ਹੋਵੇ ਉਹ ਬਖਸ਼ਾ ਨਹੀਂ ਜਾਣਾ ਚਾਹੀਦਾ ਕਿਸੇ ਵੀ ਹਾਲਤ ਦੇ ਵਿੱਚ। ਪਰ ਤੁਹਾਨੂੰ ਇੱਕ ਕਾਂਗਰਸ ਦੀ ਬੀ ਟੀਮ ਕਿਹਾ ਗਿਆ ਅੱਜ ਕਿ ਤੁਸੀਂ ਉਹ ਉਹਨਾਂ ਦੇ ਕੋਲੇ ਅਸਲ ਦੇ ਵਿੱਚ ਬੋਲਣ ਲਈ ਹੈ ਕੁਛ ਨਹੀਂ। ਉਹ ਪਾਰਟੀ ਜਿਹੜੀ ਵੈਂਟੀਲੇਟਰ ਦੇ ਉੱਤੇ ਆ, ਉਹ ਪਾਰਟੀ ਜਿਹੜੇ ਲੁੱਟੇ ਹੋਏ ਰੁਪਈਆਂ ਦੇ ਬਲਬੂਤੇ ਦੇ ਉੱਤੇ ਮੈਨੇਜ ਕਰਕੇ ਆਪਣਾ ਰਾਜਨੀਤਿਕ ਮੋਟਿਵ ਫਾਰਾ ਦੇ ਜ਼ਰੀਏ ਲੋਕਾਂ ਦੀ ਤਿਆਰੀ ਦੇ ਵਿੱਚ ਬੈਂਸ ਫੋਬੀਆ ਹੋਇਆ ਹੈ ਉਸ ਪਾਰਟੀ ਨੂੰ। ਕਦੇ ਕਾਂਗਰਸੀ ਬੋਲਦੇ ਆ ਵੀ ਬੈਂਸ, ਤੇ ਕਦੇ ਅਕਾਲੀ ਬੋਲਦੇ ਆ। ਇਹਨਾਂ ਨੂੰ ਰਾਤ ਨੂੰ ਸੁਪਨੇ ਦੇ ਵਿੱਚ ਵੀ ਬੈਂਸ ਮੈਨੂੰ ਲੱਗਦਾ ਕਿ ਡਰਾਉਂਦਾ ਹੋਇਆ ਦਿਖਾਈ ਦਿੰਦਾ। ਸੋ ਸੱਚਾਈ ਇਕੱਲੇ ਪੰਜਾਬ ਦੇ ਲੋਕਾਂ ਨੂੰ ਨਹੀਂ, ਪੂਰੀ ਦੁਨੀਆਂ 'ਚ ਵੱਸਦੇ ਪੰਜਾਬੀਆਂ ਨੂੰ ਸੱਚਾਈ ਪਤਾ ਕਿ ਸੱਚਾਈ ਕੀ ਆ। ਮੈਨੂੰ ਅਕਾਲੀ ਦੇ ਕਾਂਗਰਸੀਆਂ ਕੋਲੋਂ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਤੁਸੀਂ ਜਿਹੜੇ ਤੁਹਾਡੇ ਆਏ ਇੰਚਾਰਜ ਹੈਗੇ ਨੇ ਉੱਥੋਂ ਦੇ, ਮੈਨੂੰ ਇਹ ਜਾਣਕਾਰੀ ਜਿਹੜੇ ਸਾਡੇ ਦਾਖਾ ਹਲਕੇ ਦੇ ਇੰਚਾਰਜ ਸਰਦਾਰ ਸੁਖਦੇਵ ਸਿੰਘ ਚੱਕ, ਜਿਹੜੇ ਸਾਡੇ ਕਿਸਾਨ ਬੈਂਕ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਆ, ਮੈਨੂੰ ਇਹ ਜਾਣਕਾਰੀ ਦਾ ਸਭ ਤੋਂ ਪਹਿਲਾਂ ਸੂਤਰ ਕਿਉਂ ਉਹਨਾਂ ਨੇ ਮੈਨੂੰ ਲੁਧਿਆਣੇ ਦੀ ਜਾਣਕਾਰੀ ਦਿੱਤੀ। ਫਿਰ ਮੈਂ ਦੁਆਬੇ ਦੇ ਵਿੱਚ ਆਪਣੇ ਜ਼ਿਲ੍ਹਾ ਪ੍ਰਧਾਨ ਜਿਵੇਂ ਜਰਨੈਲ ਨੰਗਲ ਜੀ ਹੈਗੇ ਆ ਦੁਆਬੇ ਦੇ ਇੰਚਾਰਜ, ਉਹਨਾਂ ਤੋਂ ਜਾਣਕਾਰੀ ਲਈ। ਮੈਂ ਮਾਲਵੇ ਵਾਲੇ ਪ੍ਰੋਫੈਸਰ ਜਸਵੰਤ ਗੱਜਣ ਮਾਜਰਾ ਸਾਹਿਬ ਤੋਂ ਜਾਣਕਾਰੀ ਲਈ, ਮੈਂ ਮਾਝੇ ਵਾਲੇ ਗੁਰਪਾਲ ਸਾਹਿਬ ਕੋਲੋਂ ਜਾਣਕਾਰੀਆਂ ਕਲੈਕਟ ਕਰਕੇ ਜਦੋਂ ਇਹ ਪੂਰਾ ਪੁਖਤਾ ਹੋ ਗਿਆ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਕਿਸਾਨਾਂ ਦਾ ਲੱਕ ਤੋੜਨ ਵਾਸਤੇ ਜਾਲੀ ਬੀਜ ਵੇਚ ਰਿਹਾ, ਤੇ ਉਹ ਬੀਜ 40 ਰੁਪਈਏ ਵਾਲਾ ਦੇ ਰਿਹਾ ਜਾ ਕੇ 5-5-6-6 ਸੌ ਰੁਪਏ ਕਿਲੋ ਤੱਕ। ਸੋ ਮੈਂ ਤਾਂ ਇਹ ਕਹੂੰਗਾ ਕਿ ਮੈਂ ਆਪਣੇ ਪਾਰਟੀ ਦੇ ਕਿਸਾਨ ਬੈਂਕ ਦੇ ਹੋਰ ਅਹੁਦੇਦਾਰਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਗ੍ਰਾਸ ਰੂਟ ਲੈਵਲ ਤੋਂ ਰਿਪੋਰਟਾਂ ਲੈ ਕੇ ਸਾਰੀ ਜਾਣਕਾਰੀ ਮੇਰੇ ਤੱਕ ਭੇਜੀ, ਤੇ ਮੈਂ ਫਿਰ ਇਸ ਸਰਕਾਰ ਦੇ ਕੰਨਾਂ ਦੇ ਵਿੱਚ ਇਹ ਜਾਣਕਾਰੀ ਪਾਈ। ਪਰ ਅਫਸੋਸ ਹੈ, ਮੈਂ ਜਾਣਕਾਰੀ ਦਵਾਂ ਮੇਰਾ ਫਰਜ਼ ਤੇ ਡਿਊਟੀ ਆ, ਸਰਕਾਰ ਦਾ ਸਿਸਟਮ ਕਿੱਥੇ ਹੈ, ਡਿਪਟੀ ਕਮਿਸ਼ਨਰ ਕਿੱਥੇ ਹੈ, ਜ਼ਿਲ੍ਹਾ ਖੇਤੀਬਾੜੀ ਅਫਸਰ ਕਿੱਥੇ ਹੈਗਾ, ਕਿ ਉਹਨਾਂ ਨੂੰ ਆਪੋ ਆਪਣੇ ਜ਼ਿਲ੍ਹਿਆਂ ਦੇ ਅੰਦਰ ਇਹ ਜਿਹੜੀ ਕਾਲਾਬਾਜ਼ਾਰੀ ਹੋ ਰਹੀ ਹੈ, ਵੱਡੀ ਧਾਂਦਲੀ ਹੋ ਰਹੀ ਹੈ, ਜਾਲਸਾਜ਼ੀ ਹੋ ਰਹੀ ਹੈ ਨਕਲੀ ਬੀਜਾਂ ਦੀ, ਕਿ ਡੀਸੀ ਤੇ ਖੇਤੀਬਾੜੀ ਵਿਭਾਗ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਗਾ। ਇਹ ਰਗੜ ਹੈਗੇ ਆ, ਇਹ ਨੈਕਸਸ ਬਣਿਆ ਹੋਇਆ ਬਿਊਰੋਕਰੇਸੀ ਦਾ ਤੇ ਬਲੈਕੀਆਂ ਦਾ। ਸੋ ਇਸ ਨੈਕਸਸ ਨੂੰ ਤੋੜਨ ਵਾਸਤੇ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਅੰਦਰ ਯਤਨਸ਼ੀਲ ਹੈ ਕਿ ਜੋ ਮਰਜ਼ੀ ਬੋਲੀ ਜਾਣ, ਲੋਕ ਇਨਸਾਫ਼ ਪਾਰਟੀ ਨੂੰ ਆਪਣੇ ਕਰਮ ਦਾ ਪਤਾ ਕੀ ਸੀਗਾ, ਆਪਣਾ ਕਰਮ ਕੀ ਕਰਨਾ, ਆਪਣੇ ਕਰਮ ਦੇ ਉੱਤੇ ਨਿਰੰਤਰ ਲੋਕ ਇਨਸਾਫ਼ ਪਾਰਟੀ ਪਹਿਰਾ ਦਿੰਦੀ ਰਹੇ। ਗੁਰਪਿਆਰੇ, ਇਹ ਤਾਂ ਹੁਣ ਪੰਜਾਬ ਦੀ ਆਵਾਮ ਨੇ ਤੈਅ ਕਰਨਾ ਹੈ ਕਿ ਆਗਾਮੀ 2022 ਦੀਆਂ ਚੋਣਾਂ ਵਿੱਚ ਕੀ ਤੁਸੀਂ ਮੁੜ ਇਹਨਾਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਜਾਂ ਕਾਂਗਰਸ 'ਤੇ ਭਰੋਸਾ ਕਰਨਾ ਜਾਂ ਕਿਸੇ ਤੀਜੀ ਚੰਗੀ ਸਾਫ਼ ਸੁਥਰੀ ਧਿਰ ਨੂੰ ਬਹੁਮਤ ਦੇ ਨਾਲ ਜਿੱਤਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾਉਣਾ ਹੈ, ਤਾਂ ਜੋ ਇਹ ਗੁੰਡਾ ਰਾਜ ਪੰਜਾਬ 'ਚੋਂ ਖਤਮ ਕੀਤਾ ਜਾ ਸਕੇ, ਇਹ ਮਾਫੀਆ ਰਾਜ ਮੁਕਾਇਆ ਜਾ ਸਕੇ, ਪੰਜਾਬ ਦੇ ਵਿੱਚੋਂ ਨਸ਼ੇ ਦੇ ਵਗਦੇ ਹੋਏ ਹੜ੍ਹ
रोके जा सकन, पंजाब दी जवानी बचाई जा सके, पंजाब दी किसानी बचाई जा सके, पंजाब दे पानिया दे हक लिते जा सकन, बेअदबियां दे दोषियां नूं सलाखां दे पिछे सुट्टिया जा सके, अते दहाकियां तों सलाखां पिछे सड़दे साडे बंदी सिंघ रिहा करवाए जा सकन। अगर वाकई ही तुसीं चाहुंदे हो पंजाब दी नुहार बदले तां 2022 दीआं चोणां विच अपनी वोट भुगतान तों पहलां इक वार नज़र जरूर घुमा लैणा कि किते मुड़ तुसीं उही गलती तां नहीं दोहरा जा रहे जो बीते कई दहाकियां तो दोहराई जा रही सी। किते मुड़ तुसी किसे अकाली कांग्रेसीए या भाजपा दे आगू दे हक विच अपनी वोटां नहीं भुगतान जा रहे। जेकर इन्हां गल्लां दे मद्देनज़र तुसी अपनी वोट भुगताओगे ते किसे तीजी चंगी साफ सुथरी धिर नूं जिताओगे तां हो सकदा है कि 2022 दीआं चोणां तों बाद पंजाब दी नुहार बदलण दे विच, पंजाब दी जवानी किसानी बचाण दे विच तुसी इक वड्डा योगदान पाओगे। विचार चंगे लगे हुण वीडियो लाइक ते शेयर जरूर करना, बाकी अपनियां भावनावां नीचे कमेंट्स दे विच तुसी व्यक्त कर सकते हो। वाहेगुरु जी का खालसा, वाहेगुरु जी की फतेह। पंजाब अते पंजाबीयत नाल जुड़ी हर गतिविधि, सत्ता ते सियासत दी हर खबर वास्ते हुणे सबसक्राइब करो गुरबाणी अखंड बाणी ते नोटिफिकेशन।